हलका कनौरदे पिंड बठौनिया कला च दो सके परावां दे होए झगड़े बाबत हरमेश कुमार ने फोन ते बयान दिता कि साडा जमीनी विवाद पहला तो चल रहा है। सुरेश पाल 11 बजे कुहाड़ी लेके खेता च मेनू मारन लई पहुंचया, जिस दी दरखास्त मैं थाना संबू नू दे दिती है। पुलिस जो कारवाई करूगी ओ मेनू मंजूर है। सुरेश पाल पिंड बठौनिया कला हलका कनौर तो, जो कि जमीन का तकसीम का केस चल रहा सी, मेरे भरा नाल हरमेश कुमार नाल जसवीर कुमार नाल, ते वो में चल रहा है झगड़ा। तो उन्होंने, मैं खेत च गया तो उन्होंने जाते ही मैं ट्रैक्टर रोक के खेत चो ट्रैक्टर मेरे उपर चढ़ाने की कोशिश की। कितनी तरीक की गल है जी? 4/7/2023 जी। ਕਿੰਨੇ ਕੁ ਵਜੇ ਦਾ ਟਾਈਮ ਸੀਗਾ? ਇਹ ਜੀ 11 ਵਜੇ ਦਾ ਟਾਈਮ ਸੀ। ਅੱਛਾ, ਟਰੈਕਟਰ ਚੜਾਉਣ ਦੇ ਉਹਦੇ ਤੇ ਕੋਸ਼ਿਸ਼ ਕੀਤੀ? ਹਾਂਜੀ 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 ਕੋਸ਼ਿਸ਼। ਫਿਰ ਕੀ ਹੋਇਆ? ਫਿਰ ਕੀ ਮੈਂ ਜੀ ਸਪੈਦਾਂ 'ਚ ਉਸਦੀ ਆਰਡਰ ਲੈ ਕੇ ਜੀ ਉਰਾਂ ਪਰਾਂ ਹੁੰਦਾ ਰਿਹਾ ਜੀ, ਜਾਂ ਕਿ ਉੱਥੇ ਟਰੈਕਟਰ ਨਹੀਂ ਵੜਦਾ ਸਪੈਦਾਂ 'ਚ ਜੀ, ਕਦੀ ਬੈਕ ਕਰਦਾ ਜੀ, ਕਦੀ ਸਿੱਧਾ ਕਰਦਾ ਟਰੈਕਟਰ ਨੂੰ ਜੀ, ਮੇਰੇ ਪਿੱਛੇ ਭਜਾਉਂਦਾ ਜੀ। ਜਦੋਂ ਮੈਂ ਬਾਹਰ ਨਹੀਂ ਆਇਆ ਜੀ, ਤਾਂ ਫਿਰ ਉਹਨੇ ਕਿਆ ਕਰਿਆ ਜੀ, ਟਰੈਕਟਰ ਮੋਟਰਸਾਈਕਲ ਖੜਿਆ ਸੀ ਜੀ, ਮੇਰਾ ਮੋਟਰਸਾਈਕਲ 'ਤੇ ਜੀ ਤਿੰਨ ਚਾਰ ਵਾਰ ਅੱਗੇ ਪਿੱਛੇ ਕੀਤਾ ਜੀ, ਉਹਨਾਂ ਨੇ ਤੋੜਤਿਆ ਜੀ ਮੋਟਰਸਾਈਕਲ ਨੂੰ, ਪ੍ਰੈਸ ਕਰਤਿਆ ਜੀ ਮੋਟਰਸਾਈਕਲ, ਅਤੇ ਉਸ ਤੋਂ ਬਾਅਦ ਮੈਂ ਜੀ ਉੱਥੋਂ ਸਪੈਦਿਆਂ 'ਚੋਂ ਭੱਜਿਆ ਜੀ, ਜੀਰੀ 'ਚੋਂ ਭੱਜਿਆ ਜੀ। ਜੀਰੀ ਲੋਕ ਸੀਗੇ ਨਾਲ? ਨਹੀਂ ਜੀ, ਬਸ ਇੱਕ ਸੀ ਜੀ ਮੁੰਡਾ ਨਾਲ ਜੀ। ਅੱਛਾ। ਹਾਂਜੀ, ਉਹ ਭਤੀਜਾ ਸੀ ਉਸਕਾ ਜੀ। ਅੱਛਾ ਜੀ। ਹਾਂਜੀ, ਉਹਦਾ ਨਾਂ ਸੀ ਵਿਸ਼ਾਲ ਕੁਮਾਰ ਜੀ, ਅਤੇ ਮੈਂ ਜੀਰੀ 'ਚੋਂ ਭੱਜਿਆ ਜੀ, ਮੇਰੀ ਚੱਪਲਾਂ ਉੱਥੇ ਰਹਿ ਗਈ ਜੀ, ਇੱਕ ਵਿੱਚ ਗੜ ਗਈ ਜੀਰੀ, ਇੱਕ ਪਹੀ 'ਤੇ ਪਈ ਰਹੀ ਜੀ, ਅਤੇ ਮੈਂ ਨਿਕਲ ਕੇ ਸੜਕ 'ਤੇ ਨਿਕਲਿਆ ਜੀ, ਜਾ ਕੇ ਸਾਰੇ ਮੇਰੇ ਕੱਪੜੇ ਲਿਬੜ ਗਏ ਜੀ, ਅਤੇ ਜਿਸ ਟਾਈਮ ਮੈਂ ਸੜਕ 'ਤੇ ਆ ਰਿਹਾ ਸੀ, ਤਿੰਨ ਬੰਦੇ ਗਏ, ਤਿੰਨਾਂ ਕੋਲ ਡਾਂਗਾ ਸੀ ਜੀ। ਉਹ ਹਾਂਜੀ, ਅਸਮਲੀ ਜੀ ਅਤੇ ਨਮਨ ਜੀ, ਜਸਵੀਰ ਕੁਮਾਰ ਜੀ। ਪਿੰਡ ਦੇ ਬੰਦੇ ਨੇ ਜਾਂ ਹੋਰ ਕੌਣ? ਨਹੀਂ, ਉਹ ਭਰਾ ਹੈ ਜੀ ਉਸਕੇ, ਹਰਮੇਸ਼ ਕੁਮਾਰ ਦੇ ਭਰਾ ਹੈ ਜੀ, ਇੱਕ ਭਤੀਜਾ ਇੱਕ ਮੁੰਡਾ ਜੀ। ਅਤੇ ਉਹ ਉਸ ਟਾਈਮ ਮੇਰੇ ਕੋਲ ਰੁਕੇ, ਜਿਸ ਟਾਈਮ ਮੈਂ ਸੜਕ 'ਤੇ ਜਾ ਰਿਹਾ ਸੀ, ਮੈਂ ਛਾਲ ਮਾਰ ਕੇ ਡੂੰਘੇ ਖੇਤ 'ਚੋਂ ਉਤਰ ਗਿਆ ਜੀ, ਵੀ ਮੇਰੇ ਡਾਂਗਾ ਨਾ ਮਾਰਨ ਜੀ। ਅਤੇ ਫਿਰ ਮੈਂ ਅੱਗੇ ਜੀ ਚਰੀ ਸੀ, ਚਰੀ ਆਟ ਲੈ ਕੇ ਜੀ ਸਾਈਡ ਨੂੰ ਹੋ ਕੇ ਜੀ, ਫਿਰ ਮੈਂ ਸੜਕ 'ਤੇ ਬਹੁਤ ਦੂਰ ਜਾ ਕੇ ਭੱਜ ਕੇ ਚੜਿਆ ਜੀ, ਫਿਰ ਭੱਜ ਕੇ ਚੜ੍ਹੇ, ਜਿਸ ਟਾਈਮ ਮੈਂ ਗਿਆ ਜੀ ਘਰ ਆਇਆ ਜੀ, ਘਰ ਆ ਕੇ ਜੀ ਫਿਰ ਮੈਂ ਸੰਭੂ ਠਾਣੇ ਗਿਆ ਜੀ। ਸੰਭੂ ਠਾਣੇ ਮੈਂ ਜੀ 11:30-12 ਵਜੇ ਦੇ ਕਰੀਬ ਜੀ ਜਾ ਕੇ ਫਿਰ ਰਪਟ ਲਿਖਾਈ ਇਹਨਾਂ ਦੀ। ਅਤੇ ਫਿਰ ਪੁਲਿਸ ਵੱਲੋਂ ਕੋਈ ਕਾਰਵਾਈ ਹੋਈ? ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਜੀ। ਸਵੇਰੇ ਫਿਰ ਪੁਲਿਸ ਦਾ ਇੱਕ ਬੰਦਾ ਆਇਆ ਜੀ, ਉਹਨਾਂ ਨੇ ਮੌਕਾ ਉੱਥੇ ਦੇਖਿਆ ਜੀ, ਮੌਕਾ ਦੇਖ ਕੇ ਜੀ ਉਹ ਆਪਣਾ ਫਿਰ ਮੋਟਰਸਾਈਕਲ ਦੇਖਿਆ ਜੀ, ਫੋਟੋਆਂ ਲਈਆਂ ਉਹਨਾਂ ਦੀ, ਫੋਟੋਆਂ ਲੈ ਕੇ ਜੀ ਫਿਰ ਉਹ ਮੈਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਜਦ ਬੁਲਾਵਾਂਗੇ ਫਿਰ ਆ ਜਿਓ। ਅਤੇ 4 ਵਜੇ ਫਿਰ ਉਹਨਾਂ ਨੇ ਬੁਲਾਇਆ ਜੀ ਮੈਨੂੰ, 4 ਵਜੇ ਤੋਂ ਬਾਅਦ ਫਿਰ ਚਲੋ ਬੰਦੇ ਗਏ ਜੀ, ਪਿੰਡ ਦੇ ਪਤਵੰਦੇ ਬੰਦੇ ਗਏ ਜੀ, ਮੇਰੇ ਨਾਲ ਵੀ ਗਏ, ਉਹਨਾਂ ਨਾਲ ਵੀ ਗਏ ਜੀ। ਅਤੇ ਉੱਥੇ ਜਾ ਕੇ ਜੀ ਉਹ ਕਹਿਣ ਲੱਗੇ ਵੀ ਜ਼ਮੀਨ ਨੂੰ ਵੀ ਇਸ ਤਰ੍ਹਾਂ, ਮੈਂ ਕਿਹਾ ਜੀ ਜ਼ਮੀਨ ਦਾ ਤਾਂ ਇਹ ਮਸਲਾ ਅਲੱਗ ਹੈ ਜੀ, ਉਹ ਤਾਂ ਕੇਸ ਚੱਲ ਰਿਹਾ ਜੀ, ਅਤੇ ਆਪਣਾ ਇਹ ਜਿਹੜਾ ਹੁਣ ਰਾਤ ਵਾਲਾ ਜੀ ਝਗੜੇ ਵਾਲਾ ਜਿਹੜਾ ਇਹਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਇਸ ਦੇ ਬਾਰੇ 'ਚ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਜੀ। ਤਾਂ ਜੀ SHO ਸਾਹਿਬ ਨੇ ਜੀ ਮੇਰੀ ਇੱਕ ਨਾ ਸੁਣੀ ਜੀ। ਹਾਂਜੀ, ਅਤੇ ਉਹ ਭਰਾ ਜਿਹੜਾ ਹਰਮੇਸ਼ ਕੁਮਾਰ ਹੈ ਜੀ, ਉਹ ਮੈਨੂੰ SHO ਦੇ ਸਾਹਮਣੇ ਵੀ ਇਹ ਕਹਿੰਦਾ ਰਿਹਾ ਵੀ ਤੇਰੀ ਪੱਲੀ 'ਚ ਬੰਨ ਕੇ, ਗਾਹੜੀ ਬੰਨ ਕੇ ਤੇਰੀ ਘਰ ਪਹੁੰਚਾਵਾਂਗਾ। ਅਤੇ ਹੋਰ ਫਿਰ ਉੱਚ ਅਧਿਕਾਰੀ ਨਾਲ ਨਹੀਂ ਤੁਸੀਂ ਗੱਲਬਾਤ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ? ਮੈਂ ਜੀ SSP ਸਾਹਿਬ ਕੋਲ ਅਰਜ਼ੀ ਦਿੱਤੀ ਹੈ ਜੀ, ਪਟਿਆਲਾ। ਹਾਂਜੀ, ਵੀ ਮੈਨੂੰ ਜੀ ਮਾਲ ਜਾਨ ਦਾ ਪੂਰਾ ਖਤਰਾ ਜੀ, ਅਸੀਂ 2 ਮੈਂਬਰ ਘਰਦੇ ਹਾਂ ਜੀ, ਵੀ ਸਾਨੂੰ ਪੂਰਾ ਖਤਰਾ ਜੀ ਇਹਨਾਂ ਤੋਂ। ਹੁਣ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਜੀ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ, ਜੋ ਇਹਨਾਂ ਨੇ ਗਲਤ ਕੰਮ ਕੀਤਾ ਜੀ। ਸੁਰੇਸ਼ ਕੁਮਾਰ ਅਤੇ ਹਰਮੇਸ਼ ਕੁਮਾਰ 2 ਬ੍ਰਦਰ ਨੇ ਪਠਾਉਣਿਆਂ ਤੋਂ, ਉਹਨਾਂ ਦੋਨਾਂ ਵੱਲੋਂ ਸਾਡੇ ਕੋਲ ਕੰਪਲੇਂਟ ਆਈ ਹੋਈ ਹੈ, ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਕੁਛ ਹੜ੍ਹਾਂ ਦੀ ਪ੍ਰੋਬਲਮ ਆਉਣ ਕਰਕੇ ਜਿਹੜੀ ਇਨਵੈਸਟੀਗੇਸ਼ਨ ਡਿਲੇਅ ਹੋਈ ਹੈ, ਜਲਦੀ ਅਸੀਂ ਇਹਨੂੰ ਕੰਪਲੀਟ ਕਰ ਲਾਂਗੇ। ਤੱਥਾਂ ਦੇ ਆਧਾਰ 'ਤੇ ਜਿਹੜੀ ਗੱਲ ਸਾਹਮਣੇ ਆਊਗੀ ਇਨਵੈਸਟੀਗੇਸ਼ਨ ਦੇ ਸਾਹਮਣੇ, ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ। ਅਤੇ ਪਹਿਲਾਂ ਵੀ ਕੋਈ ਮਾਮਲਾ, ਮਤਲਬ ਉਹਨੇ ਇਹ ਗੱਲ ਕਹੀ ਹੈ ਸੁਰੇਸ਼ ਕੁਮਾਰ ਨੇ ਵੀ ਮੈਂ ਗਿਆ ਸੀ, ਸਾਨੂੰ ਬੁਲਾਇਆ ਸੀ ਦੋਨੇ ਪਾਰਟੀਆਂ ਨੂੰ, ਅਤੇ ਉਹਨੇ ਇੰਚਾਰਜ ਸਾਹਿਬ ਦੇ ਸਾਹਮਣੇ ਵੀ ਮਤਲਬ ਕਿ ਮੈਨੂੰ ਇਹ ਕਿਹਾ ਵੀ ਤੈਨੂੰ ਮਾਰ ਕੇ ਅਸੀਂ ਬੋਰੀ ਦੇ ਵਿੱਚ ਬੰਦ ਕੀ ਕਰਾਂਗੇ, ਉੱਥੇ ਕੋਈ ਕਾਰਵਾਈ ਨਹੀਂ ਹੋਈ। ਇੱਦਾਂ ਦੀ ਕੋਈ ਗੱਲ ਨਹੀਂ ਹੋਈ ਹੈਗੀ ਹੈ। ਜੇ ਦੋਨੋਂ ਪਾਰਟੀਆਂ ਨੇ ਬੁਲਾਇਆ ਹੋਊਗਾ ਤਾਂ ਐਮੀਕੇਬਲੀ ਸੁਣਿਆ ਹੋਣਾ ਉਹਨੂੰ ਚੰਗੀ ਤਰ੍ਹਾਂ। ਥੋੜ੍ਹੀ ਜਿਹੀ ਹੜ੍ਹਾਂ ਦੀ ਪ੍ਰੋਬਲਮ ਕਰਕੇ ਇਨਵੈਸਟੀਗੇਸ਼ਨ ਥੋੜ੍ਹੀ ਡਿਲੇਅ ਹੋਈ ਹੈ, ਜਲਦੀ ਅਸੀਂ ਇਹਨੂੰ ਕੰਪਲੀਟ ਕਰਕੇ ਜਿਨ੍ਹਾਂ ਦੇ ਖਿਲਾਫ਼ ਕਾਰਵਾਈ ਬਣਦੀ ਹੋਊਗੀ ਉਹ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਊਗੀ। ਥੈਂਕ ਯੂ।